ਤੁਸੀਂ ਇੱਕ ਵੱਖਰੇ ਰਾਜ ਦੀ ਮੰਗ ਕਰਦੇ ਹੋ ਕਿ ਸਿੱਖਾਂ ਦੇ ਲਈ ਇੱਕ ਵੱਖਰਾ ਰਾਜ ਹੋਣਾ ਚਾਹੀਦਾ, ਪਰ ਇੱਥੇ ਜਿਹੜੀ ਹੁਣ ਪੰਜਾਬੀ ਕੌਮ ਰਹਿ ਰਹੀ ਹੈ ਜਾਂ ਜਿਹੜਾ ਵੀ ਸਿੱਖ ਭਾਈਚਾਰਾ ਇੱਥੇ ਰਹਿ ਰਿਹਾ ਇਸ ਸਟੇਟ ਦੇ ਵਿੱਚ, ਤਾਂ ਉਹਨਾਂ ਦੇ ਕੁਝ ਮੌਜੂਦਾ ਮਸਲੇ ਵੀ ਨੇ ਅਤੇ ਉੱਥੇ ਤਾਂ ਇਹਨਾਂ ਤੋਂ ਕੁਛ ਹੋਇਆ ਨਹੀਂ, ਇੱਥੇ ਆ ਕੇ ਸਾਡੇ ਉੱਤੇ ਰੇਡਾਂ ਮਾਰਤੀਆਂ। ਨਹੀਂ, ਇਹ ਬੜਾ ਜ਼ੁਲਮ ਹੈ ਸਾਡੇ ਉੱਤੇ ਕਿ ਅਸੀਂ ਅਵਤਾਰ ਸਿੰਘ ਦੇ ਸਰੀਰ ਨੂੰ ਵਾਪਸ ਨਹੀਂ ਲੈ ਕੇ ਆ ਸਕਦੇ, ਕਿਉਂ ਕਰਕੇ ਅਸੀਂ ਆਜ਼ਾਦ ਨਹੀਂ ਹੈ। ਜੇ ਸਾਡੀ ਆਜ਼ਾਦੀ ਖਾਲਿਸਤਾਨ ਦੀ ਹੁੰਦੀ ਤਾਂ ਫਿਰ ਇੱਕ ਤਾਂ ਖੰਡਾ ਸਾਹਿਬ ਦੀ ਮੌਤ ਹੀ ਨਾ ਹੁੰਦੀ। ਬਾਹਰ ਤਾਂ ਅਸੀਂ ਕਰ ਸਕਦੇ ਹਾਂ ਪਰ ਅੰਦਰ ਸਾਨੂੰ ਬੋਲਣ ਹੀ ਨਹੀਂ ਦਿੰਦੇ। 15 ਅਗਸਤ ਆ ਰਹੀ ਹੈ ਔਰ ਇਸ ਦੇਸ਼ ਦੇ ਸਾਬਕਾ ਪੁਲਿਸ ਅਫਸਰ, ਫਿਰ ਇੱਕ ਸੀਨੀਅਰ ਨੇਤਾ ਔਰ ਹੁਣ ਮੌਜੂਦਾ ਮੈਂਬਰ ਪਾਰਲੀਮੈਂਟ ਸੰਗਰੂਰ ਤੋਂ ਨੇ ਸਿਮਰਜੀਤ ਸਿੰਘ ਮਾਨ, ਉਹਨਾਂ ਨੇ ਅੱਜ ਐਲਾਨ ਕੀਤਾ ਕਿ ਅਸੀਂ 14 ਅਗਸਤ ਨੂੰ ਕਾਲਾ ਦਿਨ ਮਨਾਵਾਂਗੇ, ਅਸੀਂ ਇਹਨੂੰ ਇਸ ਦਿਨ ਨੂੰ ਰੋਜ਼ ਦੇ ਵਜੋਂ ਮਨਾਵਾਂਗੇ। 14 ਨੂੰ ਤਾਂ ਅਸੀਂ ਮਾਰਚ ਕਰ ਰਹੇ ਹਾਂ, 15 ਕਰਾਂਗੇ, 15 ਨੂੰ ਕਾਲਾ ਦਿਵਸ ਹੋਊਗਾ। ਮਾਨ ਸਾਹਿਬ, ਇਹ ਜਿਸ ਤਰ੍ਹਾਂ ਮੈਂ ਕਿਹਾ ਕਿ ਇੱਕ ਦੇਸ਼ ਦਾ ਮੈਂਬਰ ਪਾਰਲੀਮੈਂਟ, ਉਹ ਇਸ ਦਿਨ ਨੂੰ ਜਦੋਂ ਦੇਸ਼ ਆਜ਼ਾਦ ਹੋਇਆ ਉਹ ਕਾਲੇ ਦਿਨ ਵਜੋਂ ਮਨਾ ਰਿਹਾ। ਹਾਂ, ਅਸੀਂ ਕਾਲਾ ਦੇਸ਼ ਆਜ਼ਾਦ ਕਦੋਂ ਹੋਏ ਆ? ਹਿੰਦੂ ਆਜ਼ਾਦ ਹੋ ਗਿਆ 1947 'ਚ, ਉਹਨੂੰ ਇੰਡੀਆ ਮਿਲ ਗਿਆ। ਮੁਸਲਮਾਨ ਆਜ਼ਾਦ ਹੋ ਗਿਆ 1947 'ਚ, ਉਹਨੂੰ ਪਾਕਿਸਤਾਨ ਮਿਲ ਗਿਆ। ਜਿਹੜਾ ਸਿੱਖ ਪਾਕਿਸਤਾਨ ਦੇ ਵਿੱਚ ਰਹਿੰਦਾ ਉਹ ਮੁਸਲਮਾਨ ਦੇ ਗੁਲਾਮ ਹੈ, ਅਤੇ ਜਿਹੜਾ ਇੰਡੀਆ ਦੇ ਵਿੱਚ ਰਹਿੰਦਾ ਉਹ ਹਿੰਦੂ ਦੇ ਗੁਲਾਮ ਹੈ। ਅਤੇ ਕਿੱਥੇ ਸਾਨੂੰ ਆਜ਼ਾਦੀ ਮਿਲੀ ਹੈ ਤੁਸੀਂ ਆਪ ਦੱਸੋ। ਅਤੇ ਜੇ ਖਾਲਸਾ ਏਡ ਦੇ ਬੰਦਿਆਂ ਦੇ ਉੱਤੇ NIA ਦੇ ਛਾਪੇ ਪੈ ਜਾਣ, ਦਿੱਲੀ ਬੁਲਾ ਲੈਣ ਅਤੇ ਸਾਡੇ ਘਰਾਂ ਦੇ ਵਿੱਚ ਵੀ ਰੇਡ ਮਾਰ ਦੇਣ, ਅਤੇ ਕੱਲ੍ਹ ਦੇ ਦਿਨ ਮਿਤੀ 6-7 ਤਰੀਕ ਨੂੰ ਦਿੱਲੀ ਦੇ ਵਿੱਚ ਸਾਨੂੰ ਮੁਜਰਮ ਬਣਾ ਕੇ NIA ਦਿੱਲੀ ਸੱਦ ਲਏ, ਤਾਂ ਫਿਰ ਕਦੀ ਆਜ਼ਾਦੀ ਹੈ ਸਾਡੇ ਲਈ? ਗੁਪਤਾ ਜੀ ਸਾਡੇ DGP ਰਹੇ ਹੈ, ਉਹਨਾਂ ਨੂੰ ਇੰਨੀ ਤਾਂ ਸਮਝ ਆਉਣੀ ਚਾਹੀਦੀ ਹੈ ਕਿ ਇੰਨੀ ਬੇਇੱਜ਼ਤੀ ਨਹੀਂ ਕਰੀਦੀ ਹੁੰਦੀ ਸਿੱਖਾਂ ਦੀ। ਹੁਣ ਵਾਕਿਆ ਜਿਹਦੇ 'ਤੇ ਤੜਫੇ ਬੈਠੇ ਆ ਉਹ ਤਾਂ ਲੰਡਨ ਦੇ ਵਿੱਚ ਹੋਇਆ, ਮਾਰਚ ਦੇ ਵਿੱਚ ਹੋਇਆ। ਉੱਥੇ ਤਾਂ ਹਿੰਦੁੱਤਵਾ ਦੀ ਪੇਸ਼ ਨਹੀਂ ਚੱਲਦੀ ਬਰਤਾਨੀਆ ਦੇ ਖਿਲਾਫ਼। ਬਰਤਾਨੀਆ ਨੇ ਕਿਹਾ ਕਿ ਸਾਰੇ ਜਿਹੜੇ ਅਮਨ ਪਸੰਦ ਤਰੀਕੇ ਦੇ ਨਾਲ ਪ੍ਰੋਟੈਸਟ ਹੁੰਦੇ ਆ, ਮੁਜ਼ਾਹਰੇ ਹੁੰਦੇ ਆ, ਉਹ ਜਾਇਜ਼ ਹੁੰਦੇ ਆ। ਅਤੇ ਉੱਥੇ ਤਾਂ ਇਹਨਾਂ ਤੋਂ ਕੁਛ ਹੋਇਆ ਨਹੀਂ, ਇੱਥੇ ਆ ਕੇ ਸਾਡੇ ਉੱਤੇ ਰੇਡਾਂ ਮਾਰਤੀਆਂ। ਕੋਈ ਵੀ ਹੈ ਕਿ NIA ਦੀ ਰੇਡ ਦੇ ਨਾਲ ਅਵਤਾਰ ਸਿੰਘ ਖੰਡਾ, ਇੱਕ ਨੌਜਵਾਨ, ਉਹਦੀ ਮੌਤ ਹੋਈ ਪਿਛਲੇ ਦਿਨਾਂ ਦੇ ਵਿੱਚ ਔਰ ਉਹਨਾਂ ਦੇ ਪਰਿਵਾਰ ਨੂੰ ਇਜਾਜ਼ਤ ਨਹੀਂ ਮਿਲੀ ਅਤੇ ਉਹਨਾਂ ਦੀ ਡੈੱਡ ਬੋਡੀ ਵੀ ਨਹੀਂ। ਨਹੀਂ, ਇਹ ਬੜਾ ਜ਼ੁਲਮ ਹੈ ਸਾਡੇ ਉੱਤੇ ਕਿ ਅਸੀਂ ਅਵਤਾਰ ਸਿੰਘ ਦੇ ਸਰੀਰ ਨੂੰ ਵਾਪਸ ਨਹੀਂ ਲੈ ਕੇ ਆ ਸਕਦੇ, ਕਿਉਂ ਕਰਕੇ ਅਸੀਂ ਆਜ਼ਾਦ ਨਹੀਂ ਹੈ। ਜੇ ਸਾਡੀ ਆਜ਼ਾਦੀ ਖਾਲਿਸਤਾਨ ਦੀ ਹੁੰਦੀ ਤਾਂ ਫਿਰ ਇੱਕ ਤਾਂ ਖੰਡਾ ਸਾਹਿਬ ਦੀ ਮੌਤ ਹੀ ਨਾ ਹੁੰਦੀ। ਦੂਜੀ ਗੱਲ ਹੈ, ਜੇ ਹੋ ਜਾਂਦੀ ਤਾਂ ਉਹਨਾਂ ਨੂੰ ਬੜੀ ਤਹਿਜ਼ੀਬ ਦੇ ਨਾਲ ਇੱਥੇ ਲਿਆਂਦਾ ਜਾਣਾ ਸੀਗਾ, ਅਤੇ ਸਾਰੀ ਕੌਮ ਉੱਥੇ ਜਾਂਦੀ, ਉਹਨਾਂ ਦਾ ਸੰਸਕਾਰ ਕਰਦੀ, ਸਾਰਾ ਕੁਛ ਕਰਦੀ। ਵਿਦੇਸ਼ ਮੰਤਰਾਲੇ ਦੇ ਵਿੱਚ ਤੁਸੀਂ ਕੋਈ ਇੱਦਾਂ ਦਾ ਜਿਹੜਾ ਐਫਰਟ ਕੀਤਾ ਇਸ ਮਸਲੇ ਨੂੰ ਲੈ ਕੇ ਕਿ ਪਰਿਵਾਰ ਆ ਜਿਹੜਾ ਉੱਥੇ ਜਾ ਸਕੇ, ਕਿਉਂਕਿ ਪਰਿਵਾਰ ਨੂੰ ਜਿਹੜਾ ਵੀਜ਼ਾ ਉਹ ਵੀ ਰਿਜੈਕਟ? ਮੈਂ ਕੀਤਾ, ਬਰਤਾਨੀਆ ਦੀ ਸਰਕਾਰ ਦੇ ਨਾਲ ਕੀਤਾ ਹੈਗਾ। ਇੰਡੀਆ ਦੀ ਸਰਕਾਰ ਨਹੀਂ ਉੱਥੇ ਕਿਸੇ ਨੂੰ ਭੇਜ ਸਕਦੀ, ਉਹ ਤਾਂ ਸਗੋਂ ਉਹਦੇ ਖਿਲਾਫ਼ ਹੋਊਗੀ। ਸੋ ਮੈਂ ਬਰਤਾਨੀਆ ਦੇ ਹਾਈ ਕਮਿਸ਼ਨਰ ਨਾਲ ਪੂਰੀ ਗੱਲਬਾਤ ਕੀਤੀ ਹੈ, ਚਿੱਠੀ ਪੱਤਰ ਲਿਖੇ ਹੈ। ਮਾਨ ਸਾਹਿਬ, ਇੱਕ ਆਖਰੀ ਸਵਾਲ ਹੈ ਮੇਰਾ ਇਹ, ਤੁਸੀਂ ਇੱਕ ਵੱਖਰੇ ਰਾਜ ਦੀ ਮੰਗ ਕਰਦੇ ਹੋ ਕਿ ਸਿੱਖਾਂ ਦੇ ਲਈ ਇੱਕ ਵੱਖਰਾ ਰਾਜ ਹੋਣਾ ਚਾਹੀਦਾ, ਪਰ ਇੱਥੇ ਜਿਹੜੀ ਹੁਣ ਪੰਜਾਬੀ ਕੌਮ ਰਹਿ ਰਹੀ ਹੈ ਜਾਂ ਜਿਹੜਾ ਵੀ ਸਿੱਖ ਭਾਈਚਾਰਾ ਇੱਥੇ ਰਹਿ ਰਿਹਾ ਇਸ ਸਟੇਟ ਦੇ ਵਿੱਚ, ਤਾਂ ਉਹਨਾਂ ਦੇ ਕੁਝ ਮੌਜੂਦਾ ਮਸਲੇ ਵੀ ਨੇ, ਉਹਨਾਂ ਨੂੰ ਕਿਵੇਂ ਦੇਖ ਰਹੇ ਹੋ? ਖਾਸ ਤੌਰ 'ਤੇ ਪਾਰਲੀਮੈਂਟ ਦੇ ਵਿੱਚ ਵੀ ਜੇ ਕੋਈ ਬੋਲਣ ਵਾਲੇ ਕੁਛ ਕੁ ਲੋਕ ਹੀ ਜਾਂਦੇ ਨੇ ਪੰਜਾਬ ਤੋਂ, ਲੰਬਾ ਸਮਾਂ ਹਿਸਟਰੀ 'ਚ ਕੁਛ ਕੁਛ ਚਿਹਰੀ ਆ ਜਿਹੜੇ ਉੱਥੇ ਪੰਜਾਬ ਦੀ ਗੱਲ ਕਰਦੇ ਰਹੇ। ਹਾਂ, ਪਰ ਜੇ ਉੱਥੇ ਗੱਲ ਹੀ ਨਾ ਕਰਨ ਦੇਣ ਤਾਂ ਫਿਰ ਆਪਾਂ ਕਿਵੇਂ ਕਰੀਏ? 4-5 ਦਿਨ ਹੋਏ ਹੈ, ਕਾਂਗਰਸ ਦੇ MP ਜਿਸ ਨੇ, ਆਪ ਦੇ MP ਨੇ ਅਤੇ ਮੈਨੂੰ ਬੁਲਾਇਆ ਸੀ। ਅਸੀਂ ਬਾਹਰ ਇਹ ਪ੍ਰੋਟੈਸਟ ਕੀਤਾ ਕਿ ਫਲੱਡਸ ਆਏ ਹੋਏ ਹੈ, ਸਾਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ, ਘੱਗਰ ਨੂੰ ਨੱਥ ਪਾਉਣੀ ਚਾਹੀਦੀ ਹੈ। ਬਾਹਰ ਤਾਂ ਅਸੀਂ ਕਰ ਸਕਦੇ ਹਾਂ ਪਰ ਅੰਦਰ ਸਾਨੂੰ ਬੋਲਣ ਹੀ ਨਹੀਂ ਦਿੰਦੇ। ਹੁਣ ਜੇ ਕਾਂਗਰਸ ਦੇ ਸਿੱਖ MP, BJP ਦੇ ਸਿੱਖ MP, ਆਮ ਆਦਮੀ ਪਾਰਟੀ ਦੇ ਇਕੱਠੇ ਹੋ ਕੇ ਬਾਹਰ ਮੁਜ਼ਾਹਰਾ ਕਰ ਸਕਦੇ ਹੈ, ਅਤੇ ਅੰਦਰ ਸਾਨੂੰ ਬੋਲਣ ਦੀ ਇਜਾਜ਼ਤ ਕਿਉਂ ਨਹੀਂ ਦਿੰਦੇ?
मान साहब जिहड़े इह पंजाब दे मसले जिस तरह पहला गल कीती सी पानियां दा जां नशियां दे जिहड़े मुद्दे नाल नाल चलंत जिन्हां दे करके नुकसान होया पंजाब दा नशियां करके जवानी दा नुकसान हो रहा इन्हां नूं किवें देखदे हो जे तुहानूं मौका मिले तो आने वाले दिनों जे तुसीं मैं कहां चार मुद्दे तुसीं इह डिस्कस करने पार्लीमेंट दे विच ते किहड़े मुद्दे होणगे तुहाडे जे तुहानूं वक्त मिलदा तां तुसीं पहल दे आधार ते जिहड़े कहिंदे वी इह वी हल होण नाल नाल एक तां जिहड़े इह हड़ हुंदे आ एक नशियां दा करांगे एक सिखां दी आज़ादी की गल करांगे ते एक जमहूरीयत की गल करांगे कि सिखां दी जमहूरीयत क्यों मारती है कि 12 साल तो जिहड़ी साडी पार्लीमेंट है श्रोमणी गुरद्वारा प्रबंधक कमेटी उहदे इलेक्शन क्यों नहीं करा रहे ते सिख नियम के खिलाफ है कि SGPC किसी सरकार का पैसा नहीं ले सकती पर हुण उन्होंने 7.5 करोड़ कल्चर मिनिस्ट्री गवर्नर ऑफ इंडिया तो 7.5 करोड़ रुपया वसूल कर लिया तो मेरा मतलब फिर साड़ी जे SGPC नूं हिंदुत्व ने गालता तो फिर असीं कित्थे जावांगे। आखिरी सवाल है जिहड़ा तुहानूं बोलण दा मौका नहीं दिता जांदा उत्थे पर तुहाडी जथेबंदी भी लंबे समय तो दावा करदी है डेमोक्रेटिक सिस्टम दे नाल उहदे विच ढांचे दे विच रहिंदे होइआं असीं एक वक्री स्टेट की मंग करनी है तो जदों जबान ही बंद हो जाएगी तो फिर मंग किवें होएगी इस डेमोक्रेटिक सिस्टम कर कोशिश करदे रहना चाहीदा जी। हुण जिहड़े साडे जरनैल है VK सिंह सीगे उन्होंने मिलटरी का राज लिआउण की कोशिश की सी पर वो फेल हो गए। मैं कहना जे फेल हो जाए बंदा फिर ट्राई करी जाना चाहिए। मैं उन्होंने पार्लीमेंट मिलूँगा तो पूछूँगा कि तुसी तगड़े जरनैल सीगे तुसी ट्राई किया कि मिलटरी का राज आ जाए तो उस तों बाद चुप ही करके म्याऊं बिल्ली बन गए हो फिर तुसी फौज दे जरनैल तो नहीं हो सकते। हाँ ट्राई हाँ ट्राई तो असीं करी जाना कदे कदे तो यह हथ पऊगा। हाँ।